ਅੱਜ ਦਾ ਵਿਸ਼ਾ ਚੱਕਰ ਆਉਣਾ। ਗਰਮੀਆਂ ਵਿੱਚ ਅਕਸਰ ਚੱਕਰ ਆਉਣਾ ਆਮ ਜਿਹੀ ਗੱਲ ਹੈ। ਇਸ ਤੋਂ ਰਾਹਤ ਪਾਉਣ ਲਈ ਬਹੁਤ ਹੀ ਆਸਾਨ ਉਪਾਅ ਇਸ ਪ੍ਰਕਾਰ ਹਨ। ਗਰਮੀ ਕਾਰਨ ਚੱਕਰ ਆਉਂਦੇ ਹੋਣ ਤਾਂ ਔਲੇ ਦਾ ਸ਼ਰਬਤ ਪੀਓ, ਜਲਦੀ ਹੀ ਰਾਹਤ ਮਿਲੇਗੀ। ਚੱਕਰ ਆਉਣ ਨਾਲ ਗਲਾ ਸੁੱਕਦਾ ਹੋਵੇ ਤਾਂ ਛੁਆਰੇ ਦੀ ਗਿਟਕ ਮੂੰਹ ਵਿੱਚ ਰੱਖੋ, ਆਰਾਮ ਮਿਲੇਗਾ। ਤਾਜ਼ੇ ਪਾਣੀ ਵਿੱਚ ਸ਼ੱਕਰ ਪਾ ਕੇ ਪੀਣ ਨਾਲ ਤੁਰੰਤ ਆਰਾਮ ਮਿਲਦਾ ਹੈ। ਵੀਡੀਓ ਵੇਖਣ ਦੇ ਲਈ ਧੰਨਵਾਦ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।